ਦਸਮ ਪਾਤਸ਼ਾਹੀਆਂ ਦੀ ਆਤਮਕ ਜੋਤ ਹਾਜ਼ਰਾ ਹਜ਼ੂਰ ਜਾਹਰਾ ਤਪੂਰ ਪਾਣੀ ਦੇ ਬੋਲ ਚਵਰਤਕ ਦੇ ਮਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਬੋਲ ਦਾ ਆਨੰਦ ਮਾਣ ਰਹੇ ਗੁਰੂ ਪਿਆਰ ਵਾਲਿਓ ਦਸਮੇਸ਼ ਪਿਤਾ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਪਰਮਟ ਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸਾਡੇ ਗੁਰਪੁਰਬ ਮਨਾਏ ਤਾਂ ਹੀ ਸਫਲਾ ਹਨ ਜੇ ਅਸੀਂ ਜਿੱਥੇ ਇਤਨਾ ਸਮਾਂ ਬਖਸ਼ਦੇ ਹਾਂ ਗੁਰੂ ਦੇ ਕੀਰਤਨ ਦੇ ਨਾਲ ਜੁੜਦੇ ਹਾਂ ਸਾਨੂੰ ਜਿਹੜੇ ਗੁਰਪੁਰਬ ਮਨਾਏ ਜਾਂਦੇ ਹਨ ਉਸ ਗੁਰਪੁਰਬ ਦੀ ਸਾਂਝ ਪਾਉਣ ਵਾਸਤੇ ਇਤਿਹਾਸ ਦੀ ਸਾਂਝ ਪਾਉਣ ਵਾਸਤੇ ਦੋ ਚਾਰ ਮਿੰਟ ਜ਼ਰੂਰ ਆਪ ਜੀ ਨੂੰ ਬਖਸ਼ਣਾ ਜੀ ਆਪ ਜੀ ਦੇ ਧੰਨਵਾਦੀ ਹੋਵਾਂਗੇ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪੁਰਬ ਤੇ ਆਈਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਸਮਾਂ 5 ਵਰਿਆਂ ਦੀ ਉਮਰ ਤੇ ਗੁਰਿਆਈ ਮਿਲੀ ਅਗਰ ਅਸੀਂ ਗੁਰੂ ਦੀ ਗਾਇਆ ਨੂੰ ਦੇਖੀਏ ਤਾਂ ਬੜੀ ਹੈਰਾਨਗੀ ਹੁੰਦੀ ਹੈ ਪਰ ਅਗਰ ਅਸੀਂ ਗੁਰੂ ਨੂੰ ਗੁਰੂ ਦੀ ਜੋਤ ਸਮਝੀਏ ਤੇ ਕੋਈ ਹੈਰਾਨਗੀ ਨਹੀਂ ਹੁੰਦੀ ਸਾਡੇ ਦੇਸ਼ ਦੇ ਮੂੰਹ ਦੀ ਉੱਗੇ ਰਿਸ਼ੀਆਂ ਨੇ ਇੱਕ ਫੈਸਲਾ ਲਿਆ ਸੀ ਕਿ ਕੋਈ ਵੀ ਵਿਅਕਤੀ ਜਦੋਂ ਕੋਈ ਧਾਰਮਿਕ ਸਮਾਜਿਕ ਰਾਜਨੀਤਿਕ ਹੋਵੇ ਉਹਦੀ ਉਮਰ 35 ਵਰਿਆਂ ਤੋਂ ਘੱਟ ਨਹੀਂ ਹੋਣੀ ਚਾਹੀਦੀ ਅਗਰ ਉਹ 35 ਵਰਿਆਂ ਤੋਂ ਘੱਟ ਹੋਏਗਾ ਉਸਦੀ ਰਾਜਨੀਤਿਕ ਕੱਚੀ ਹੋਏਗੀ ਉਸਦਾ ਸਮਾਜਿਕ ਆਧਾਰ ਨਹੀਂ ਹੋਏਗਾ ਔਰ ਉਹ ਧਾਰਮਿਕ ਪੁਖਤਾ ਨਹੀਂ ਹੋਏਗਾ ਪਰੰਤੂ ਇਰਾਨ ਦੇ ਇੱਕ ਬਹੁਤ ਹੀ ਉੱਘੇ ਵਿਅਕਤੀ ਹੋਏ ਸ਼ੇਖ ਸ਼ਾਹਿਦ ਉਹਨਾਂ ਨੇ ਆਖਿਆ ਕਿ ਕਿਸੇ ਦੀ ਜੋ ਉਮਰ ਔਰ ਉਸਦਾ ਅਕਲ ਉਸਦਾ ਅੰਦਾਜ਼ਾ ਉਸਦੀ ਬਜ਼ੁਰਗੀ ਨਾਲ ਨਹੀਂ ਲਾਇਆ ਜਾ ਸਕਦਾ 5 ਸਾਲ ਦੇ ਬੱਚੇ ਦੀ ਅਕਲ ਜਿਹੜੀ ਹੈ ਉਹ 100 ਸਾਲ ਦੇ ਬਜ਼ੁਰਗ ਦੇ ਬਰਾਬਰ ਹੋ ਸਕਦੀ ਹੈ ਲੇਕਿਨ 100 ਸਾਲ ਦੇ ਬਜ਼ੁਰਗ ਦੀ ਅਕਲ ਹੋ ਸਕਦਾ ਹੈ 5 ਸਾਲ ਦੇ ਬੱਚੇ ਦੇ ਬਰਾਬਰ ਵੀ ਨਾ ਹੋਵੇ ਤਾਂ ਸਾਹਿਬ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਗੁਰਿਆਈ ਮਿਲੀ ਸਾਡੇ ਦੇਸ਼ ਦੇ ਵਿੱਚ ਵੀ ਬਹੁਤ ਸਾਰੇ ਐਸੇ ਬੱਚੇ ਹੋਏ ਜੋ ਭਗਤ ਵੀ ਹੋਏ ਗੁਰਸਿੱਖ ਵੀ ਹੋਏ ਸ਼ਹੀਦ ਵੀ ਹੋਏ ਜਿਸ ਤਰ੍ਹਾਂ ਕਿ ਭਗਤ ਨੂੰ ਪ੍ਰਹਿਲਾਦ ਉਹ ਭਗਤ ਸਨ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਮਿਲੇ 12 ਵਰਿਆਂ ਦੀ ਉਮਰ ਸੀ ਜਦੋਂ ਗੁਰੂ ਨਾਨਕ ਸਾਹਿਬ ਨੂੰ ਮਿਲੇ ਉਹਨਾਂ ਦੇ ਬੋਲ ਸੁਣ ਕੇ ਉਹਨਾਂ ਨੇ ਆਖਿਆ ਤੂੰ ਤੇ ਬੁੱਢਿਆਂ ਵਾਲੀ ਗੱਲ ਕਰਦਾ ਹੈ ਤਾਂ ਤੋਂ 12 ਸਾਲ ਦੇ ਬੱਚੇ ਨੂੰ ਬਾਬਾ ਬੁੱਢਾ ਜੀ ਕਹਿਣਾ ਸੰਗਤਾਂ ਨੇ ਸ਼ੁਰੂ ਕਰ ਦਿੱਤਾ ਇਸੇ ਤਰ੍ਹਾਂ ਦਸ਼ਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦੇ ਉਹਨਾਂ ਦੀ ਉਮਰ ਕੀ ਸੀ 5 ਸਾਲ ਤੇ 7 ਸਾਲ ਪਰੇ ਦਰਬਾਰ ਦੇ ਵਿੱਚ ਕਾਜੀ ਨੂੰ ਆਖਦੇ ਹਨ ਔਰ ਨਵਾਬ ਨੂੰ ਆਖਦੇ ਹਨ ਕਿ ਜਦੋਂ ਉਹਨਾਂ ਅੱਗੇ ਕਿਸੇ ਦੇ ਸਿਰ ਨਿਵਾਉਣਾ ਹੈ ਤੇ ਉਹਨਾਂ ਦੀ ਸੋਚ ਉਹਨਾਂ ਦੀ ਅਕਲ ਕਿਤਨੀ ਸੀਗੀ ਪਹਿਲਾਂ ਸੱਜਾ ਪੈਰ ਅੱਗੇ ਕਰਕੇ ਗੇਟ ਦੇ ਅੰਦਰੋਂ ਨਿਕਲੇ ਫਿਰ ਖੱਬਾ ਪੈਰ ਕੀਤਾ ਸੀਸ ਨਾਲ ਨਵਾਇਆ ਔਰ ਬੜੇ ਬੁਲੰਦ ਆਵਾਜ਼ ਵਿੱਚ ਉਹਨਾਂ ਨੇ ਭਰੇ ਦਰਬਾਰ ਦੇ ਵਿੱਚ ਕਲੀਆਂ ਵਾਲੇ ਪਾਤਸ਼ਾਹ ਦਾ ਜੈਕਾਰਾ ਛੋੜਿਆ ਬੈਠੀ ਸੀ ਗੁਰੂ ਸਾਹਿਬ ਨੇ ਕਿਹਾ ਰਾਣੀ ਤੂੰ ਰਾਣੀ ਹੋ ਕੇ ਗੋਲੀਆਂ ਦੇ ਦਾਸੀਆਂ
ਸਨ। ਉਸ ਟਾਈਮ ਰਾਜਾ ਜੈ ਸਿੰਘ ਨੂੰ ਵੀ ਸਮਝ ਆ ਗਈ ਕਿ ਇਹ ਕੋਈ ਪੈਗੰਬਰ ਹੈ, ਕੋਈ ਗੁਰੂ ਹੈ, ਤਿੰਨਾ ਬ੍ਰਹਮੰਡਾਂ ਦਾ ਮਾਲਿਕ ਹੈ। ਉਹ ਵੀ ਗੁਰੂ ਸਾਹਿਬ ਦੇ ਸੀਸ ਨਿਵਾ ਕੇ ਜਿੱਥੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਅਸੀਂ ਆਖਦੇ ਹਾਂ, ਉਸਨੇ ਆਪਣਾ ਬੰਗਲਾ ਗੁਰੂ ਸਾਹਿਬ ਨੂੰ ਦੇ ਦਿੱਤਾ। ਉੱਥੇ ਬੰਗਲਾ ਨਹੀਂ ਰਿਹਾ, ਉਹ ਬੰਗਲਾ ਸਾਹਿਬ ਕਹਿਣ ਲੱਗ ਪਏ, ਬੰਗਲਾ ਸਾਹਿਬ ਹੋ ਚੁੱਕਾ। ਉਸ ਟਾਈਮ ਦਿੱਲੀ ਦੇ ਵਿੱਚ ਬੜੀ ਚੇਚਕ ਔਰ ਪਲੇਗ ਦੀ ਬਿਮਾਰੀ ਫੈਲੀ ਹੋਈ ਸੀ। ਗੁਰੂ ਸਾਹਿਬ ਘਰ ਘਰ ਜਾ ਕੇ ਸੰਗਤਾਂ ਦੇ ਦੁੱਖ ਦੂਰ ਕਰਦੇ ਸਨ, ਉਹਨਾਂ ਦੇ ਦੁੱਖ ਨਾਲ ਹਿੱਸਾ ਵਟਾਉਂਦੇ ਸਨ, ਉਹਨਾਂ ਦੇ ਦੁੱਖ ਦੀ ਗੱਲ ਸੁਣਦੇ ਸਨ। ਗੁਰੂ ਸਾਹਿਬ ਨੇ ਆਪਣੀ ਛੜੀ ਦੇ ਨਾਲ ਬੰਗਲਾ ਸਾਹਿਬ ਵਿਖੇ ਅੰਮ੍ਰਿਤ ਦੀ ਬੌਛਾਰ ਨਿਕਾਲੀ, ਜੋ ਪੁਰਾਤਨ ਬਜ਼ੁਰਗ ਸਾਡੇ ਦੱਸਦੇ ਹਨ। ਜਦੋਂ ਪਾਕਿਸਤਾਨ ਬਣਿਆ, ਪਾਕਿਸਤਾਨ ਤੋਂ ਲੋਕ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਆਏ, ਛੋਟਾ ਜਿਹਾ ਗੁਰਦੁਆਰਾ ਸਾਹਿਬ ਹੁੰਦਾ ਸੀ, 4-5 ਫੁੱਟ ਤੱਕ ਉਸ ਤੇ ਅੰਮ੍ਰਿਤ ਦੀ ਧਾਰਾ ਵਗਦੀ ਸੀ। ਲੱਖਾਂ ਸੰਗਤਾਂ ਉਸ ਅੰਮ੍ਰਿਤ ਨੂੰ ਪੀ ਕੇ ਆਪਣੇ ਦੁੱਖ ਦੂਰ ਕਰਦੇ ਸਨ। ਕਲਜੇ ਵਾਲੇ ਪਾਤਸ਼ਾਹ ਨੇ ਵੀ ਸ੍ਰੀ ਭਗਵਤੀ ਦੀ ਵਾਰ ਦੇ ਵਿੱਚ ਵੀ ਲਿਖਿਆ, ਸ੍ਰੀ ਹਰ ਕ੍ਰਿਸ਼ਨ ਤੇ ਆਈਏ ਜਿਸ ਡਿੱਟੇ ਸਭ ਦੁੱਖ ਜਾਏ। ਉਹ ਦੁੱਖਾਂ ਨੂੰ ਹਰਨ ਵਾਲੇ ਗੁਰੂ ਸਾਹਿਬ ਸਨ। ਉਹਨਾਂ ਦੀ ਸੋਚ ਇਤਨੀ ਦੂਰ ਦੀ ਸੀ, ਇਤਨਾ ਦੂਰ ਦਾ ਸੋਚਦੇ ਸਨ। ਜਦੋਂ ਸੰਗਤਾਂ ਨੇ ਪੁੱਛਿਆ ਗੁਰਿਆਈ ਕਿਸ ਨੂੰ ਦੇਣੀ ਹੈ, ਅਗਲੇ ਬਾਬਾ ਕਿਹੜੇ ਹੋਣਗੇ, ਉਹਨਾਂ ਨੇ ਕਿਹਾ ਬਾਬਾ ਬਕਾਲਾ। ਬਾਬਾ ਬਕਾਲੇ ਕਹਿਣ ਦਾ ਨਾਲ ਸਾਧ ਸੰਗਤ ਦੀ ਇੱਕ ਚੀਜ਼ ਹੋਰ ਬੜੀ ਸੋਚਣ ਵਾਲੀ ਹੈ। ਅੱਜ ਤੱਕ ਦੁਨੀਆਂ ਦਾ ਇਤਿਹਾਸ ਕੋਈ ਐਸਾ ਇਤਿਹਾਸ ਨਹੀਂ ਕਿ ਹਮੇਸ਼ਾ ਦਾਦਾ ਪੋਤਰੇ ਨੂੰ ਗੁੰਡਾ ਗੱਦੀ ਦਿੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੋਤਰੇ ਨੂੰ ਗੁੰਡਾ ਦਿੱਤੀ, ਲੇਕਿਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇੱਕ ਐਸਾ ਇਤਿਹਾਸ ਕਾਇਮ ਕਰ ਦਿੱਤਾ। ਪਹਿਲੀ ਵਾਰ ਹੋਇਆ ਕਿ ਪੋਤਰੇ ਨੇ ਦਾਦੇ ਨੂੰ ਗੁੰਡਾ ਗੱਦੀ ਦਿੱਤੀ। ਤਰਨ ਤਰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਜੋ ਕਿ ਉਹਨਾਂ ਦੇ ਦਾਦਾ ਜੀ ਰੱਖਦੇ ਸਨ, ਉਹਨਾਂ ਨੂੰ ਗੁੰਡਾ ਗੱਦੀ ਦਿੱਤੀ। ਗੁਰੂ ਸਾਹਿਬ ਨੇ ਜਿੱਥੇ ਆਪ ਇਲਾਜ ਨਹੀਂ ਕਰਦੇ ਸਨ, ਅੰਤ ਉਹਨਾਂ ਨੂੰ ਵੀ ਚੇਚਕ ਪਾਉਂਦੀ, ਉਹ ਵੀ ਉਹਨਾਂ ਨੂੰ ਉਸ ਟਾਈਮ ਜੋਤੀ ਜੋ ਸਮਾ ਗਏ, ਜਿੱਥੇ ਜੋਤੀ ਜੋ ਸਮਾਏ। ਅੱਜ ਫਿਰ ਦਿੱਲੀ ਦੇ ਵਿੱਚ ਗੁਰਦੁਆਰਾ ਸਾਹਿਬ ਬਾਲਾ ਸਾਹਿਬ ਹੈ, ਤਾਂ ਤੋਂ ਗੁਰੂ ਸਾਹਿਬ ਨੂੰ ਬਾਲਾ ਪ੍ਰੀਤਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਹਿਣ ਲੱਗੇ। ਇਤਿਹਾਸ ਦੀ ਚੀਜ਼ ਹੋਰ ਸਾਨੂੰ ਦੱਸਦੀ ਹੈ, ਜਿੱਥੇ ਸਭ ਤੋਂ ਛੋਟੀ ਅਵਸਥਾ ਦੇ ਵਿੱਚ ਗੁਰੂ ਸਾਹਿਬ ਨੂੰ ਗੁਰਿਆਈ ਮਿਲੀ। ਇੱਕ ਚੀਜ਼ ਹੋਰ ਗੁਰੂ ਸਾਹਿਬ ਨੇ ਸਾਨੂੰ ਦੱਸਣੀ ਕੀਤੀ, ਕਿਸੇ ਵੀ ਗੁਰੂ ਸਾਹਿਬ ਦਾ ਸਮਾਂ ਗੁਰਿਆਈ ਦਾ ਸਮਾਂ ਤੁਸੀਂ ਦੇਖ ਲਵੋ, ਲੰਬਾ ਸਮਾਂ ਹੋਏਗਾ। ਕੇਵਲ ਤੇ ਕੇਵਲ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਗੁਰਿਆਈ ਦਾ ਪੀਰੀਅਡ ਜਿਹੜਾ ਸੀਗਾ 5.5 ਤੋਂ 7.5 ਸਾਲ, ਕੇਵਲ ਤੇ ਕੇਵਲ 2 ਸਾਲ ਉਹਨਾਂ ਕੋਲ ਗੁਰਤਾ ਕਰਦੀ ਸੀ, ਗੁਰਿਆਈ ਸੰਭਾਲੀ ਸੀ, ਦੁੱਖਾਂ ਦੇ ਦੂਰ ਕਰਦੇ ਸਨ। ਅਸੀਂ ਵੀ ਉਸ ਨਗਰੀ ਵਿੱਚ ਰਹਿੰਦੇ ਹਾਂ, ਜੋ ਨਗਰੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਮ ਤੇ ਵਸਾਈ ਗਈ ਹੈ। ਅਸੀਂ ਸਾਰੇ ਹੀ ਪਤਾ ਦਿਨ ਵਿੱਚ ਕਿਤਨੀ ਵਾਰ ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਯਾਦ ਕਰਦੇ ਹਾਂ। ਕਿਸੇ ਦਾ ਐਡਰੈਸ ਦੱਸਣਾ ਹੋਵੇ, ਕਿਸੇ ਨੂੰ ਐਡਰੈਸ ਪੁੱਛਣਾ ਹੋਵੇ, ਤੇ ਅਸੀਂ ਕਹਿ ਦਿੰਦੇ ਹਾਂ ਗੁਰੂ ਹਰਕ੍ਰਿਸ਼ਨ ਨਗਰ ਵਿੱਚ ਅਸੀਂ ਰਹਿੰਦੇ ਹਾਂ। ਸਤਿ ਸੰਗਤ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆ ਸਾਡੇ ਵੀਰ ਸਰਦਾਰ ਜਸਵੀਰ ਸਿੰਘ ਜੀ ਅਹੁਜਾ M178 ਵਾਲੇ ਹਮੇਸ਼ਾ ਹੀ ਗੁਰੂ ਘਰ ਦੀ ਸੇਵਾ ਕਰਦੇ ਹਨ, ਪੁਰਵਾਸੀ ਤੇ ਵੀ ਹਮੇਸ਼ਾ ਲੰਗਰ ਦੀ ਸੇਵਾ ਕਰਦੇ ਹਨ। ਇਸ ਪੁਰਬ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਗਏ ਸਨ, ਉਹ ਪਰਿਵਾਰ ਵੱਲੋਂ ਸੇਵਾ ਲਈ ਗਈ। ਅੱਜ ਦੇ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਜਸਵੀਰ ਬਿਰਤੀ ਵੱਲੋਂ ਹੋਈ ਹੈ। ਮੈਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਨੂੰ ਬੇਨਤੀ ਕਰਾਂਗਾ ਕਿ ਮਹਾਰਾਜ ਦਾ ਅਸੀਸ ਸਦਕਾ ਚਰੋਟੀ ਦੀ ਬਖਸ਼ਿਸ਼ ਜਸਵੀਰ ਸਿੰਘ ਅਹੁਜਾ ਜੀ ਨੂੰ ਦਿੱਤੀ ਜਾਏ। ਉਹਨਾਂ ਨੂੰ ਬੇਨਤੀ ਕਰਾਂਗੇ ਵੀਰ ਜੀ ਨੂੰ ਮੱਥਾ ਟੇਕ ਕੇ ਆਪ ਅਸੀਸ ਪ੍ਰਾਪਤ ਕਰੋ। ਜਿਸ ਤਰ੍ਹਾਂ ਗੁਰੂ ਘਰ ਦੇ ਪ੍ਰਤੀ ਆਪ ਦੀ ਇਤਨੀ ਖਿੱਚ ਹੈ, ਇਤਨੀ ਪ੍ਰੀਤ ਹੈ ਕਿ ਹਮੇਸ਼ਾ ਹੀ ਆਪ ਤਤਪਰ ਹੋ ਕੇ ਗੁਰੂ ਘਰ ਦੀ ਸੇਵਾ ਕਰਦੇ ਹੋ, ਇਹ ਅਸੀਸ ਦਾ ਸਦਕਾ ਆਪ ਦੇ ਅਸੀਸ ਤੇ ਬਣਿਆ ਰਹੇ। ਵਾਹਿਗੁਰੂ ਆਪ ਨੂੰ ਦੇਹ ਰੋਗਤਾ ਬਖਸ਼ੇ। ਬੋਲੇ ਸੋਨਿਹਾਲ ਧੰਨਵਾਦ ਕੀਤਾ ਜਾਂਦਾ ਹੈ। ਮੈਂ ਭਾਈ ਸਾਹਿਬ ਭਾਈ ਹਰਦਿਆਲ ਸਿੰਘ ਜੀ, ਭਾਈ ਸਾਹਿਬ ਭਾਈ ਕਿਰਪਾਲ ਸਿੰਘ ਜੀ, ਇਹਨਾਂ ਦਾ ਇੱਥੋਂ ਦੀ ਕਮੇਟੀ ਦੀ ਤਰਫੋਂ, ਗੁਰੂ ਦੀ ਸੰਗਤਾਂ ਦੀ ਤਰਫੋਂ ਬਹੁਤ ਤਹਿ ਦਿਲ ਨੂੰ ਧੰਨਵਾਦ ਕਰਦਾ ਹਾਂ, ਜਿਹਨਾਂ ਨੇ ਬੇਨਤੀ ਨੂੰ ਪ੍ਰਵਾਨ ਕਰਕੇ ਕੱਲ੍ਹ ਹੀ ਦੁਪਹਿਰ ਨੂੰ ਇੱਥੇ ਪਹੁੰਚ ਚੁੱਕੇ ਸਨ। ਜਿਸ ਤਰ੍ਹਾਂ ਕਿ ਹਮੇਸ਼ਾ ਹੀ ਸਾਡੇ ਚੰਡਿਓ ਪਿੰਡ ਜੀ M50 ਵਾਲੇ ਗੁਰੂ ਦੇ ਕੀਰਤਨੀਆਂ ਦੀ ਸੇਵਾ ਕਰਦੇ ਹਨ। ਬੋਲੇ ਸੋਨਿਹਾਲ
ਸਤਿ ਸ੍ਰੀ ਅਕਾਲ ਵਾਲੇ ਗੁਰਪ੍ਰੀਤ ਸਿੰਘ ਜੀ ਉਹਨਾਂ ਦੇ ਫਾਦਰ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਗੁਰੂ ਕੇ ਕੀਰਤਨੀਆਂ ਦੀ ਉਹ ਸੇਵਾ ਹਮੇਸ਼ਾ ਹੀ 507 ਵਾਲੇ 50 ਨੰਬਰ ਵਾਲੇ ਕਰਦੇ ਹਾਂ ਸੋ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਭਾਈ ਸਾਹਿਬ ਜੀ ਆਨੰਦ ਸਾਹਿਬ ਜੀ ਦੇ ਪਾਠ ਕਰਨਗੇ ਸਮਾਪਤੀ ਉਪਰੰਤ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਗੁਰੂ ਦਾ ਲੰਗਰ ਪ੍ਰਸ਼ਾਦਾ ਜ਼ਰੂਰ ਛੱਕ ਕੇ ਜਾਣਾ ਅਤੇ ਹੱਥ ਜੋੜ ਕੇ ਬੇਨਤੀ ਹੈ ਗੁਰੂ ਦੇ ਲੰਗਰ ਦੀ ਥਾਲੀਆਂ ਦੀ ਤੱਜੀ ਸੇਵਾ ਵੀ ਜ਼ਰੂਰ ਕਰਨੀ ਤਾਂ ਕਿ ਆਪ ਜੀ ਦੇ ਵੀ ਹੱਥ ਪੈਰ ਨਰੋਏ ਹੋਣ ਗੁਰੂ ਆਪ ਸੇਵਾ ਲੈ ਲਵੇ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁਲਾ ਚੁੱਕੋ ਜੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਰਾਮ ਕਲੀ ਮਖਲਾ।